ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਤੇ ਸਵਾਗਤ ਕਰਦਾ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਰਾਤੀ 9 ਵੱਜ ਗਿਆ ਤੇ ਅਸੀਂ ਚੱਲੇ ਆ ਪਟਿਆਲੇ ਸਾਡੇ ਕੰਜਰ ਯਾਰ ਦੋਸਤ ਦੇ ਭਰਾ ਦਾ ਅੱਜ ਵਿਆਹ ਆ ਜੀ ਤੇ ਅੱਜ ਡੀਜੇ ਨਾਈਟ ਆ ਤੇ ਕੱਲੂ ਵਿਆਹ ਆ ਤੇ ਵਿਆਹ ਤੇ ਪਤਾ ਨਹੀਂ ਸਾਡੇ ਤੋਂ ਜਾ ਹੋਣਾ ਕਿ ਨਹੀਂ ਜਾ ਹੋਣਾ ਤੇ ਇਸ ਕਰਕੇ ਅਸੀਂ ਡੀਜੇ ਪਾਰਟੀ ਤੇ ਚੱਲੇ ਆ ਤੇ ਡੀਜੇ ਪਾਰਟੀ ਤੇ ਚੱਲੇ ਆ ਤੇ ਤੁਹਾਨੂੰ ਨਾਲ ਮੇਰੇ 4-5 ਜਣੇ ਚੱਲੇ ਆ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਹੜੇ ਕਿਹੜੇ ਚੱਲੇ ਆ ਤੇ ਤੁਹਾਨੂੰ ਬਾਕੀ ਜਾ ਕੇ ਮਾਹੌਲ ਦਿਖਾਵਾਂਗੇ ਉੱਥੇ ਖਾਣ ਪੀਣ ਨੂੰ ਕੀ ਆ ਭੁੱਖ ਬਹੁਤ ਲੱਗੀ ਜਦੋਂ ਦਾ ਪਤਾ ਲੱਗਾ ਨਾ ਸਵੇਰੇ ਕਿ ਅੱਜ ਡੀਜੇ ਨਾਈਟ ਆ ਸਵੇਰੇ ਉਹ ਰੱਬ ਦੀ ਕੁਛ ਨਹੀਂ ਖਾਧਾ ਰੱਖੀ ਬਸ ਉੱਥੇ ਜਾ ਕੇ ਖਾਣਾ ਸ਼ਗਨ ਪੂਰਾ ਕਰਕੇ ਆਉਣਾ ਤੇ ਚਲੋ ਹੁਣ ਤੁਹਾਨੂੰ ਨਾਲ ਦੱਸਦੇ ਹਾਂ ਕੌਣ ਕੌਣ ਚੱਲਾਂ ਕਿਉਂਕਿ ਬੰਦੇ ਹਲੇ ਆ ਰਹੇ ਆ ਮੈਂ ਖੜਾ ਆਪਣੀ ਗਲੀ ਦੇ ਮੋੜ ਦੇ ਬਾਹਰ ਤੇ ਉਹਨਾਂ ਨੇ ਗੱਡੀ ਮੇਰੀ ਆਪਣੀ ਗੱਡੀ ਇੱਥੇ ਲਾਉਣੀ ਆ ਤੇ ਮੇਰੀ ਗੱਡੀ ਦੇ ਵਿੱਚ ਜਾਣਾ ਤੇ ਉਧਰੋਂ ਸਾਡੇ ਪ੍ਰਿੰਸ ਭਾਜੀ ਵੀ ਆਪਣੀ ਗੱਡੀ ਲੈ ਕੇ ਆ ਰਹੇ ਆ ਤੇ ਉਹਨਾਂ ਨਾਲ ਵੀ 3-4 ਜਣੇ ਚੱਲੇ ਆ ਤੇ ਚਲੋ ਪੂਰਾ ਰਾਹ ਦਿਖਾਵਾਂਗੇ ਤੇ ਪੂਰੇ ਤੁਹਾਨੂੰ ਦਿਖਾਵਾਂਗੇ ਬਾਅਦ ਵਿਆਹ ਦਾ ਮਾਹੌਲ ਕਿਹੜਾ ਚੰਗਾ ਜੀ ਦੱਸਿਓ ਮੈਂ ਵਾਲ ਛੋਟੇ ਛੋਟੇ ਕਰਾ ਤੇ ਜਮਾਂ ਹੀ ਛੋਟੇ ਛੋਟੇ ਕਰਾ ਤੇ ਕਿਉਂਕਿ ਗਰਮੀਆਂ ਬਹੁਤ ਆ ਤੇ ਤੁਸੀਂ ਦੱਸਣਾ ਮੈਨੂੰ ਕਮੈਂਟ ਕਰਕੇ ਕਿ ਵਾਲ ਛੋਟਿਆਂ 'ਚ ਮੈਂ ਕਿਵੇਂ ਦਾ ਲੱਗਦਾ ਮੈਨੂੰ ਤਾਂ ਪਤਾ ਮੈਂ ਕਿਵੇਂ ਦਾ ਲੱਗਦਾ ਤੇ ਤੁਹਾਡੀ ਰਾਏ ਲੈਣਾ ਵੀ ਬਣਦਾ ਕਿ ਮੈਂ ਕਿਵੇਂ ਦਾ ਲੱਗਦਾ ਨਾਲੇ ਇਹਨਾਂ ਦਾ ਛੋਟੇ ਵਾਲਾਂ ਦਾ ਇੱਕ ਸੁੱਖ ਪਤਾ ਕੀ ਹੈ ਬਾਈ ਨਾ ਡਰਾਇਰ ਲਾਉਣਾ ਪੈਂਦਾ ਨਾ ਵੈਕਸ ਲਾਉਣੀ ਪੈਂਦੀ ਤੇ ਨਾ ਸਪਰੇਅ ਲਾਉਣੀ ਪੈਂਦੀ ਇੱਦਾਂ ਹੀ ਨਾ ਨੂੰ ਕੇ ਬੰਦਾ ਬਾਹਰ ਨੂੰ ਨਿਕਲ ਆਉਂਦਾ ਏ ਠੀਕ ਆ ਤੇ ਦੱਸਿਓ ਤੁਸੀਂ ਕਮੈਂਟ ਕਰਕੇ ਕਿਵੇਂ ਦੇ ਵਾਲ ਲੱਗਦੇ ਥੈਂਕ ਯੂ ਤੇ ਸਾਡੇ ਪ੍ਰਿੰਸ ਭਾਜੀ ਆ ਚੁੱਕੇ ਨੇ ਤੇ ਪ੍ਰਿੰਸ ਭਾਜੀ ਦੇਖਦੇ ਆ ਤੇ ਇੱਕ ਹੋਰ ਓਹੋ ਤੂੰ ਕਿੱਥੋਂ ਆ ਗਿਆ ਮਾਮਾ ਕੀ ਹਾਲ ਚਾਲ ਆ ਵਧੀਆ ਤੇ ਲੋ ਜੀ ਪ੍ਰਿੰਸ ਭਾਈ ਗੁੱਡੇ ਵਾਲੀ ਟੀ ਸ਼ਰਟ ਪਾ ਕੇ ਤੇ ਭਗਵੰਤ ਮਾਨ ਵਾਲੀ ਪੱਗ ਬੰਨ ਕੇ ਸਹੀ ਆ ਭਾਜੀ ਸਹੀ ਆ ਕਿੱਥੇ ਰਹਿ ਗਏ ਬਾਕੀ ਸਹੀ ਆ ਭਾਜੀ ਹੋਰ ਵਿਆਹ ਤੇ ਫਿਰ ਲਟਾਉਣੇ ਪੈਸੇ ਪੂਹੇ ਕਿ ਨਹੀਂ ਦੇਖੇ ਲੁੱਟਣੇ ਹੀ ਆ ਆਹ ਤਾਂ ਸਾਲਾ ਲੁੱਟਣ ਵਾਲਾ ਹੀ ਆ ਆਪਾਂ ਤਾਂ ਭੈਣ ਚੋ ਹਵਾ ਚ ਉੱਡਦੇ ਹੀ ਪੈਸੇ ਗਾਇਬ ਏਦਾਂ ਨਾਲ ਹੀ ਜੇਬ ਇਸਨੇ ਮੈਸੇਜ ਕੀਤਾ ਵੀ ਸਾਹਿਲ ਕੋ ਕਿ ਸਾਰੇ ਸ਼ਰਾਬੀ ਘਰ ਸਾ ਨਿਕਲ ਗਿਆ ਦਾਰੂ ਦੀ ਬੋਤਲ ਜੁਗਾੜ ਕਰ ਲੈ ਹਾਂ ਭਾਜੀ ਦਾਰੂ ਪੀਣੀ ਜਾਣਾ ਜਿੱਦਾਂ ਹੀ ਉੱਥੇ ਲੋਕਾਂ ਨੇ ਪੈਸੇ ਡਾਲੇ ਨਾਲ ਹੀ ਏਦਾਂ ਨੱਚਦੇ ਨੱਤੇ ਹਵਾ ਜੀ ਰਾਤ ਮੜ ਕੇ ਜਦੇ ਜੇਬ ਚ ਰਾਤ ਮੜ ਕੇ ਚਲੇ ਜੀ ਵਾ ਤੇਰਾ ਕੰਮ ਹੀ ਇਹ ਹੈ ਸਾੜਿਆ ਤੂੰ ਕਰਨ ਕੀ ਚੱਲਾ ਤੂੰ ਕਰਨ ਕੀ ਚੱਲਾ ਆਹੀ ਕੁਛ ਕਰਨ ਚੱਲਾ ਤੂੰ ਥੋੜੇ ਕਿ ਤੈਨੂੰ ਦੇ ਦੇਣੇ ਬਾਕੀ ਕਿੱਥੇ ਰਹਿ ਗਏ ਭਾਜੀ ਆਗੇ ਭਾਜੀ ਸਭ ਤੋਂ ਪਨਿਸ਼ਮੈਂਟ ਹੈ ਗਾੜੀਆਂ ਬਾਹਰ ਲੈ ਆ ਚੱਲ ਕੇ ਸਾਰੇ ਬਗਲ ਹੀ ਆਏਗੇ ਇੱਕ ਮੰਡੀ ਰੋਰ ਆਈ ਆ ਦੇਖੋ ਹਾਂ ਇੰਨਾ ਟਾਈਮ ਕੌਣ ਲਾਉਂਦਾ ਹੁੰਦਾ ਗੱਡੀ ਦਾ ਕੱਦਲਾ ਫਲੈਟ ਤੇ ਕਿ ਆ ਉਧਰ ਚਲਦੇ ਆ ਫਿਰ ਉਧਰ ਹੀ ਲਾਉਨੇ ਆ ਓ ਹਾਂਜੀ ਚੱਲ ਭਾਜੀ ਗੱਡੀ ਆ ਤੁਹਾਡੇ ਫਲੈਟ ਦੇ ਨਾਲ ਜਾਣਾ ਲਾਓ ਅਸੀਂ ਆ ਗਏ ਉਧਰ ਨੂੰ ਉਹ ਪੈਂਦੀ ਆ ਗਿਆ ਮੇਨ ਬੰਦਾ ਤਾਂ ਟਿੱਕਾ ਲਾ ਲਾ ਰਾਤ ਟਿੱਕਾ ਲਾ ਲਾ ਖਾ ਲੈਨੇ ਆ ਬਾਈ ਫੜਾ ਦੇ ਕਿ ਉਹਤੇ ਦਾਰੂ ਲਈ ਰੱਖੇ ਆ ਕਿ ਦਾਰੂ ਨਾ ਖਾਊਂਗਾ ਲੋ ਜੀ ਫੁੱਦੂ ਟੀਮ ਮੇਰੀ ਪਹੁੰਚ ਚੁੱਕੀ ਸਾਰੀ ਨਹੀਂ ਆ ਗਲਤ ਗੱਲ ਆ ਨਾ 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 ਇਹ ਤਾਂ ਸਹੀ ਗੱਲ ਆ ਸਾਲੇ ਫੁੱਦੂ ਬਣਾਇਆ ਤੇ ਅੱਧੇ ਘੰਟੇ ਤੋਂ ਕਿ ਮੈਂ ਹੁਣ ਆ ਗਿਆ ਠੋਕਦੇ ਹੋ ਫੁੱਦੂ ਕਹਿੰਦੇ ਕਹਿੰਦੇ ਭਾਜੀ ਗੱਡੀ ਨਹੀਂ ਠੁਕਦੀ ਤੁਹਾਨੂੰ ਪਤਾ ਆ ਉਹ ਚੜ ਗਈ ਆ ਕਿਲੇ ਤੇ ਚੜ ਗਈ ਗੱਡੀ ਉੱਤੇ ਆ ਇੱਕ ਬੰਦਾ ਹੋਰ ਚੱਲਾ ਜੀ ਭਾਈ ਸੀਟ ਅੱਗੇ ਕਰ ਲਓ ਮਾੜੀ ਜੀ ਫੇਰ ਵੀ ਜਾਓਗੇ ਅੱਧੇ ਕਿਤੇ ਲੈ ਹੁਣ ਰੇੜਾ ਨਾ ਬੰਦਾ ਨਾਲ ਫੋਨ ਲਾਈਨ ਪ੍ਰਿੰਸ ਭਾਈ ਨੂੰ ਰੇੜੇ ਤੇ ਚੜ ਕੇ ਜਿਹੜੀ ਲੋ ਜੀ ਬੰਦੇ ਸਾਡੇ ਆ ਚੁੱਕੇ ਆ ਲੇਟ ਹੋ ਗਏ ਸਾਰੇ ਜਣੇ 9 ਇੱਥੇ 9:30 ਵੱਜ ਗਏ ਉਹ ਤੂੰ ਮੇਰੇ ਫੋਨ ਤੋਂ ਕਾਹਦੇ ਲਾਣ ਲੱਗਾ ਆਪਣੇ ਫੋਨ ਲਾਣ ਲੱਗਾ ਇਹਨਾਂ ਨੇ 9 ਵਜੇ ਵਜਾਤੇ ਆ 9 ਵਜੇ ਵਜਾਤੇ 9 ਵਜੇ ਦੇ ਵਜਾਤੇ ਉਹ ਆ ਗਏ ਪ੍ਰਿੰਸ ਭਾਈ ਸਾਹਮਣੇ ਆ ਗਏ ਚਲੋ ਜੀ ਭੁੱਖ ਪਾਵਾਂਗੇ ਪਿਆ ਦੇ ਦੇਖੋ ਜੀ ਚੰਡੀਗੜ੍ਹ ਤੋਂ ਰੇਸ ਲੱਗਦੀ ਆਈ ਆ ਪਟਿਆਲੇ ਦਾ ਅੱਧਾ ਰਾਹ ਆ ਬੰਦੇ ਪਹੁੰਚ ਗਏ ਇਹਨਾਂ ਨੂੰ ਹੁਣ ਪਿੱਛੇ ਕੱਢਣਾ ਜਿੱਦਾਂ ਮਰਨੀ ਭਾਈ ਪਿੱਛੇ ਰਹਿਣ ਹੀ ਦਈਏ ਪਿੱਛੇ ਰਹਿ ਕੋਈ ਖੱਡਾ ਨਹੀਂ ਵੇਖਣ ਦੇ ਕੋਈ ਟੋਇਆ ਨਹੀਂ ਵੇਖਣ ਦੇ ਇਹਨਾਂ ਨੇ ਕੋਈ ਖੱਡਾ ਘੱਟੋ ਘੱਟ ਆਪਾਂ 5-6 ਵਾਰ ਵਜੇ ਆ ਪ੍ਰਿੰਸ ਭਾਈ ਦੀ ਡਰਾਈਵਰੀ ਇਦਾਂ ਦੀ ਆ ਭਾਈ ਨੇ ਆਪ ਵੀ ਖੱਡਿਆਂ 'ਚ ਮਾਰੀ ਤੇ ਸਾਡੀ ਵੀ ਵਜੇ ਵਜੇ ਆ ਫੇਰ ਅੱਗੇ ਚੱਲ ਗਏ ਓਏ ਪਹਿਲਾਂ ਦੇਖ ਲਓ ਪ੍ਰਿੰਸ ਭਾਜੀ ਹੈ ਨਾ ਉਹ ਬੀਬੀ ਪੈਂਟ ਆਈ ਆ ਉਹ ਗੱਡੀ ਜਾਣ ਦੇ ਉੱਥੇ ਪਟਿਆਲੇ ਮਾਹੌਲ ਉਦਾਂ ਵੀ ਐਸੇ ਬਹੁਤ ਗਰਮ ਆ ਦੇਖਿਓ ਕਿਤੇ ਜਾਂਦੇ ਪਕੌੜੇ ਨਾ ਮੁੰਗ ਜਣ ਭਾਈ ਸਗਨ ਨਹੀਂ ਖਾਣਾ ਫਿਰ ਆਪਾਂ ਤੇ ਬੰਦੇ ਨੂੰ ਫੋਨ ਕੀਤਾ ਕਹਿੰਦਾ ਵਿਆਹ ਕਾਦਾ ਸ਼ੁਰੂ ਹੋ ਗਿਆ ਆ ਜੇ ਕੁਛ ਵੀ ਨਾ ਚੀਜ਼ ਇੱਕ ਵੀ ਚੀਜ਼ ਮਿਸ ਹੋ ਗਈ ਨਾ ਮੈਂ ਸ਼ਗਨ ਕੈਂਸਲ ਕਰਦਾ ਆ ਜੇ ਇਹ ਚ ਪਾਇਆ ਪੈਸਾ ਦੇ ਲਓ ਇਹ ਐਦਾਂ ਹੀ ਘਰੇ ਲਿਆ ਕੇ ਮੈਂ ਜਮਾ ਆਪਣੇ ਕੁੱਤੇ ਦੀ ਰੋਟੀ ਲਿਆਉਂ ਵਧੀਆ ਹੀ ਕੱਢੋ ਕੱਢੋ ਆ ਵਟੇ ਕਰੋ ਤੇਰੀ ਭੈਣ ਨੂੰ ਓਏ ਟੈਂਪੂ ਨਾਲ ਸਾਡੀ ਰੇਸ ਲੱਗਦੀ ਹੋਈ ਜਾਣਾ ਕਾਰਾਂ ਜਾਣਾ ਅਖਬਾਰਾਂ ਚ ਓਕੇ ਆਪਾਂ ਪਹੁੰਚ ਚੁੱਕੇ ਆ ਬਈ ਕਿੱਥੇ
ਤੇ ਆਪਾਂ ਵਿਆਹ 'ਚ ਪਹੁੰਚ ਚੁੱਕੇ ਹਾਂ। ਵਿਆਹ ਵਾਲਿਆਂ ਦਾ ਘਰ ਪਤਾ ਨਹੀਂ ਹਾਲੇ ਤੱਕ ਸਾਨੂੰ ਕਿੱਥੇ ਆ। ਆ ਭਾਈ ਲੈ ਕੇ ਜਾ ਰਹੇ ਸਾਨੂੰ ਬੀਬੀ ਬੈਠ ਵਾਲੇ। ਭਾਈ ਵਿਆਹ ਦੇ ਕਿੱਥੇ ਆਏ ਤੇ ਸੜਕ ਤੇ ਹੀ ਆ ਬਾ। ਉਹ ਹੁਣ ਅੱਜ ਨੇ ਇੰਡੀਕੇਟਰ ਤਾਂ ਦਿੱਤਾ ਸੀ ਪ੍ਰਿੰਸ ਭਾਈ ਨੇ ਮੋੜਨ ਲੱਗਾ ਮੈਂ। ਇਹ ਕੋਈ ਚੱਕਰ ਨਹੀਂ ਤੇ ਪਿੱਛੇ ਵੀ ਕੈਮਰਾ ਮਾਰਦੇ ਮਾਮਾ ਬਰਾਤੀ ਵੇਖੋ ਖਾਣ ਲਈ ਬੈਠੇ ਆ ਬਾਂਦਰੇ ਦੇਖ ਲੋ ਪਲੇਟਾਂ ਤੇ ਕਰੋ। ਗੱਡੀ ਦਾ ਇੰਡੀਕੇਟਰ ਦੇਤਾ ਪ੍ਰਿੰਸ ਭਾਈ ਨੇ ਸਾਹਮਣੇ ਗੋਲ ਗੱਪੇ ਲੱਗੇ ਆ ਸਾਰੀਆਂ ਗੱਡੀਆਂ ਨਾਲ ਹੀ ਜਾ ਰਹੀਆਂ ਬਾਈ। ਉਹ ਗੱਡੀਆਂ ਦੇ ਲੱਡਾਰ ਜਾ ਰਹੀ ਆ ਸਕੋਰਪੀਓ ਸਾਰੀਆਂ ਅੱਗੇ ਆਈਆਂ ਸਾਰੀ 500 ਚ ਮੰਗਾਈਆਂ ਸਕੰਦਰ ਨੂੰ ਮੋਰੇ ਟਰੈਕਟਰ ਤੇ। ਲਓ ਜੀ ਅਰਸ਼ ਭੁੱਲਰ ਦੀ ਗੱਡੀ ਆ ਗਈ। ਅਰਸ਼ ਭੁੱਲਰ ਜੀ ਦੀ ਗੱਡੀ ਆ ਗਈ ਹੈ ਨੰਬਰ ਪਲੇਟ ਕਾਲੀ ਕੀਤੀ ਹੋਈ ਹੈ ਭਾਈ ਜੀ। ਇੱਥੇ ਛੋੜੀ ਭਾਈ ਕਹਿੰਦੇ ਮੈਂ ਫਿਰ ਸਿੱਧਾ ਆ ਜਾਣਾ ਵਾ। ਲਓ ਜੀ ਉਹ ਸਕੋਰਪੀਓ ਗੱਡੀ ਭਜਾ ਲਈ ਆ ਤੇ ਉਹ ਟਰੈਕਟਰ ਵੀ ਰਾਇਆ ਆਪਾਂ ਉਹ ਤੁਹਾਡੀ ਉਹ ਭੈਣ ਨੂੰ ਉਹ ਭਾਜੀ ਇੱਟਾਂ ਦੇ ਲਾਗੋ ਕੱਢਣ ਦੇ ਭਾਜੀ ਜਿੱਧਰੋਂ ਪ੍ਰਿੰਸ ਭਾਜੀ ਕੱਢਣਗੇ ਉਧਰੋਂ ਅੰਕੁਸ਼ ਜੀ ਕੱਢਣਗੇ। ਆ ਭਾਈ ਤੁਹਾਡੇ ਕੈਮਰੇ 'ਚ ਕੁਛ ਲੱਗਾ ਵਾ ਇਸ ਕਰਕੇ ਭਾਈ ਕੱਲ੍ਹ ਸਵੇਰ ਤੱਕ ਤਾਂ ਪਹੁੰਚ ਜਾਵਾਂਗੇ। ਪਟਿਆਲੇ ਆਏ ਆ ਕਿ ਇੱਥੇ ਆਏ ਆ ਉਹ ਲੈ ਬਈ ਮੋੜ ਦੀ ਗਲੀ ਚ ਗੱਡੀ ਲੋ ਬਈ ਤਾਰਾ ਫੀਟ ਬੋਲ ਉਹ ਭੈਣ ਦੀ ਆ ਆ ਦੇ ਗਲੀ ਦਿਖਾ ਜਲਦੀ ਜਿਹਦੇ ਪ੍ਰਿੰਸ ਭਾਈ ਗੱਡੀ ਮਾਰਨ ਲੱਗੇ ਛੱਡਣਾ ਜੇ ਮੋੜ ਲੱਗੇ ਸਾਈਕਲ ਲਈ ਜਿਹਨਾਂ ਦੇ ਭਾਈ ਗੱਡੀ ਮਾਰ ਮੈਂ ਦੱਸਦਾ ਭਾਈ ਤੁਸੀਂ ਅੱਗੇ ਆ ਕੇ ਚੱਲੋ ਅੱਗੇ ਲੈ ਕੇ ਚੱਲੋ ਅੱਗੇ ਚੱਲੋ ਅੱਗੇ ਉਹ ਮੋੜ ਦੇ ਵਿੱਚ ਮਾਰਦੀ ਗੱਡੀ ਗਲੀ ਉਹ ਦੇਖ ਕੇ ਬਾਈ ਦੇਖ ਕੇ ਦੇਖੀ ਉਧਰ ਤਾਂ ਨਹੀਂ ਲੱਗਦੀ। ਓਕੇ ਓਕੇ ਲਾ ਦੋ ਥੱਲੇ ਸਟ੍ਰਗਲ ਟਾਈਮ ਚੱਲ ਰਿਹਾ। ਲੋ ਜੀ ਆ ਸਾਡੇ ਸਿਕੰਦਰ ਦੀ ਗਲੀ ਆ ਜੀ ਗਲੀ ਗਲੀ ਆ ਜੀ ਆ ਰਹੇ ਆਪਾਂ। ਮੈਨੂੰ ਤਾਂ ਲੱਗਦਾ ਹੀ ਮੇਰੇ ਮਹੱਲੇ ਦੀ ਗਲੀ ਗੰਦੀ ਆ ਤੇ ਇੱਧਰ ਵੀ ਇਹੀ ਹਾਲ ਆ ਜੀ ਭਾਈ ਤੁਹਾਨੂੰ ਕਿੱਦਾਂ ਮੈਂ ਦੇ ਮਹੱਲੇ ਵਾਰਦੇ ਮੈਂ ਦੇ ਮਹੱਲੇ ਮਹੱਲੇ ਤੇ ਗੱਡੀ ਨਹੀਂ ਆਣੀ ਨਹੀਂ ਪਰ ਅੱਗੇ ਸਹੀ ਅੱਗੇ ਸਹੀ ਆ ਵੀ ਨਾ ਲੋ ਅੱਗੇ ਕੀ ਸਹੀ ਭਾਈ ਅੱਗੇ ਕੀ ਪਲਸਤਰ ਆ ਗਏ ਗਲੀਆਂ ਆ ਗਈਆਂ ਜੀ ਆਪਣੇ ਸਿਕੰਦਰ ਭਰਾ ਜਿਹੜੇ ਆਰਟਿਸਟ ਨੇ ਜਿਨ੍ਹਾਂ ਦੇ ਆਉਣ ਵਾਲੇ 7-8 ਗਾਣੇ ਪਏ ਆ ਕਾਫੀ ਟਾਈਮ ਤੋਂ ਜਿਹੜੇ ਭਾਈ 500 ਗਾਣਾ ਰਿਕਾਰਡ ਕਰੀ ਬੈਠੇ ਤੇ ਇੱਕ ਵੀ ਨਹੀਂ ਆਇਆ ਵਾਲੀ ਹਲੇ ਜਿਹੜੇ ਭਾਈ ਉਹ ਬੰਦੇ ਦੇ ਘਰੇ ਆਪਾਂ ਚੱਲੇ ਆ ਆਹ ਦੇਖੋ ਜੀ ਬਾਈ ਉਹਨਾਂ ਦੀ ਗਲੀ ਆ ਭਾਈ ਨੇ ਲੱਗਾ ਆ ਕੰਮ ਹੋ ਰਿਹਾ ਵਾ ਕੰਮ ਸਟਾਰਟ ਹੋ ਚੁੱਕਾ ਆ ਵਾ ਠੀਕ ਆ ਜੀ ਓਕੇ ਰਿਪੋਰਟ ਆ ਗੱਡੀ ਲਾਓ ਉੱਥੇ ਅੱਗੇ ਗੱਡੀ ਲਾ ਦੀ ਜਗ੍ਹਾ Thank you.
मर्जी शुरू लो भी सुख आ गया सुख सारे रचे पिया मुंडे देख जचे पिया बुरे खमो बचे पिया देख के चढ़ाई तीन चार जने बचे पिया मुंडे देख जचे पिया बुरे खमो चला जाए साहिल आया साहिल आया साहिल खरे 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 जात बलिए ओए पहला गा ओए साहिल टेबल टूबल चक दे मामा चक दे जवान हो गई देख लो ਮੈਂ
तू क्यों घबराउंदी अरिये दी ओ जट फूके फेंटर ना मारे बड़ी बड़ी है टाड़ी जटां दी होनी मैं तेरे बका दूंगा दारे मैनू मार बड़ा है लाला साहब दी अगे लंघन राह नहीं मैनू पता अगे चल चलो 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 लाले डके पे उन्होंने सीधे हो गए रोड से पा लेने आप सूफी है सारे लो जी लंघे आज देखो लाले होनी अगे निकल गए जिन्होंने ज्यादा पीती हुई है जे कोई पुलिस वाला देता तो आ पी वी 65 नंबर जी चलान घरे बेच लागे करो भाई होम सर्विस कर दो भाई इन्हों की जो भी मंगना चाहते देखो गड्डी हौली चलानी चाहिए दारू पी के अपनी गड्डी जमा ही हौली है जी भाई हौली है तेज किन कहते शीशा किन्ने बोलिया मच्छर नी मक्खी मच्छर आ गया खोलो मड़ा शीशा बंद कर दो अपना टोल बच गया बहुत डंडा गले रहे पटोल वाले डंडे च जान ही नहीं माड़ा बचा नाल भाई की कहना चाहते हो भाई की कहना चाहते महा महा बचते मौत मूह तो बहार आए आप हो कहना चाहता ठीक है जी बहुत देखो तड़के ही छक ली दस मैं क्या आया कि मैं रील बना अगले आप कहंदे जाओ हां जी चलो ना ना भाई जलंधर चाय बस पीली भाजी
ਮਾਮਾ ਮਸ਼ਹੂਰ ਕਰਿਆ ਤੁਸੀਂ ਉਹਦਾ ਹੋਰ ਗੱਲ ਕੋਈ ਨਹੀਂ ਮਾਮਾ ਰੋ ਪਿਆ ਉਹਦਾ ਭਾਜੀ ਆ ਦੇਖੋ ਜੀ ਇਹ ਬੰਦੇ ਰੇਸਾਂ ਲਾਉਂਦੇ ਬੰਦੇ ਰੇਸਾਂ ਲੈ 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 ਆਪ ਤਾਂ ਡੁੱਬਣਗੇ ਸਾਲੇ ਸਾਨੂੰ ਵੀ ਡੁੱਬਣਗੇ ਤੇ ਉਹ ਪਿੱਛੇ ਚੈੱਕ ਕਰੋ ਬੰਦਾ ਇੱਕ ਡੈਡ ਹੋਇਆ ਪਿਆ ਸ਼ਕਲ ਦਿਖਾਉਣੀ ਪੈਣੀ ਇਹਨਾਂ ਨੇ ਹੁਣ ਨੀ ਛੱਡਣਾ ਵੀਰੇ ਹੁਣ ਇਹਨਾਂ ਨੇ ਕਹਿਣਾ ਰੁਪਈਏ ਕੱਢੋ ਯਾਰ ਸਾਲਾ ਜਾਣ ਵੇਲੇ ਦਾ ਇੱਕ ਆ ਇਹ ਕੀ ਚੱਕਰ ਆ ਬੰਦ ਹੋ ਗਈ ਇੱਕ ਮਿੰਟ ਅੰਕੁਸ਼ ਜੀ ਕਿਆ ਬਾਤ ਹੈ ਟੋਲ ਵੱਜ ਗਿਆ ਕਹਿੰਦੇ ਫੋਟੋ ਖਿੱਚਣੀਆਂ ਟੋਲ ਵੱਜ ਗਿਆ ਕੋਈ ਨੀ ਬਸ ਤੇਰੇ ਨਾਲ ਵੀ ਹੋਣਗੇ ਫੋਟੋ ਦਿਲ ਨਾ ਹੋਲਾ ਕਰ ਤੇਰੇ ਨਾਲ ਵੀ ਹੋਣਗੇ ਫੋਟੋ ਕੀ ਕਹਿੰਦੇ ਟੋਲ ਬਚ ਗਿਆ ਟੋਲ ਬਚ ਗਿਆ ਠੀਕ ਆ ਬਾਈ ਧੰਨਵਾਦ ਚਲੋ ਜੀ ਇੱਕ ਟੋਲ ਆਪਣਾ ਹੋਰ ਬਚ ਗਿਆ ਬਾਬਾ ਏਦਾਂ ਹੀ ਬਾਬਾ ਦੇ ਟੋਲ ਬਜਾਉਂਦਾ ਰਵੇ ਚੰਦਾ ਰਵੇ ਕਿਰਪਾ ਹੁੰਦੀ ਰਵੇ ਇਹ ਨਿਰਮਲ ਬਾਬੇ ਦੀ ਕਿਰਪਾ ਸੱਚ ਸਮੋਸਾ ਖਾਣ ਨੂੰ ਗਿਆ ਸੀ 200 ਰੁਪਏ ਬਚ ਗਿਆ ਸਮੋਸਾ ਖਾਣ ਨੂੰ ਗਿਆ ਸੀ ਉਹਨੇ ਮੈਂ ਖਾਦਾ ਆ ਲੋ ਜੀ ਮਿੱਤਰੋ ਕਹਿੰਦੇ ਕੁਛ ਨਹੀਂ ਬਣਿਆ ਵਿਆਹ 'ਚ ਕੁਛ ਨਹੀਂ ਬਣਿਆ ਵਿਆਹ ਤੇ ਆ ਬਾਹਰ ਦੁਬਾਰਾ ਠੇਕੇ ਤੇ ਆਇਆ ਠੇਕਾ ਖੜਕਾਉਣ ਗਿਆ ਹੁਣ ਇਹ ਹੁਣ ਦੁਬਾਰਾ ਠੇਕੇ ਦੇ ਆਈਸਕ੍ਰੀਮ ਨੀ ਅੱਜ ਤੇ ਤੂੰ ਗੱਡੀ ਲਵਾਈ ਆ ਨਾ ਨਹੀਂ ਆਈਸਕ੍ਰੀਮ ਖਾ ਲਈ ਆ ਜੋ ਆ ਦੇਖ ਲਾ ਉਹ ਵੀ ਨਾ ਦੇਖ ਲੈਣ ਓਏ ਹੋਏ ਹੋਏ ਆਈਸਕ੍ਰੀਮ ਹੁਣ ਰੋਡ ਤੇ ਥੋੜੀ ਗੱਡੀ ਲਾਉਣੀ ਸੀ ਪਾਗਲ ਹੋ ਗਏ ਆ ਆਈਸਕ੍ਰੀਮ ਖਾ ਲਈ ਚੱਲ ਆ ਜੋ ਤੇ ਹਾਂਜੀ ਗਾਇਸ ਕੀ ਹਾਲ ਚਾਲ ਆ ਜੀ ਤੇ ਗੁੱਡ ਮਾਰਨਿੰਗ ਹੋ ਗਈ ਆ ਕਿਉਂਕਿ ਰਾਤੀ ਮੈਂ ਖਾਦੀ ਪੀਤੀ ਜਾ ਕੇ ਸੋ ਗਿਆ ਸੀਗਾ ਤੇ ਥੋੜ੍ਹੀ ਬਹੁਤੀ ਖਾਧੀ ਪੀਤੀ ਅਤੇ ਮੈਂ ਆ ਕੇ ਸੋ ਗਿਆ ਸੀ ਅਤੇ ਮੈਨੂੰ ਵਲੋਗ ਦਾ ਐਂਡ ਕਰਨਾ ਯਾਦ ਨਹੀਂ ਰਿਹਾ ਅਤੇ ਹੁਣ ਆ ਕੇ ਮੈਂ ਵਲੋਗ ਦਾ ਐਂਡ ਕਰਨ ਲੱਗਾ ਸੋ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਰਾਤੀ ਸ਼ਰਾਬ ਸਵੇਰੇ ਪਾਣੀ ਓਕੇ ਜੀ ਗੁੱਡ ਨਾਈਟ